ਵਾਹਿਗੁਰੂ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਬੇਸ਼ੁਮਾਰ ਅਥਾਹ ਅਗੰਤ ਅਤੁਲ ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੋਲੇ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ ਤੀਜਾ ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸ ਜੇ ਘਰ ਘਰ ਹੰਡੈ ਮੰਗਦਾ ਧਿਗ ਜੀਵਨ ਧਿਗ ਵੇਸ ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸ ਜੇ ਘਰ ਘਰ ਹੰਡੈ ਮੰਗਦਾ ਧਿਗ ਜੀਵਨ ਧਿਗ ਵੇਸ ਜੇ ਆਸਾ ਅੰਦੇਸਾ ਤਜ ਰਹੈ ਗੁਰਮੁਖ ਭਿਖਿਆ ਨਾਉ ਤਿਸਕੇ ਚਰਨ ਪਖਾਲੀ ਹੈ ਨਾਨਕ ਹਉ ਬਲਿਹਾਰ ਜਾਓ ਜੇ ਆਸਾ ਅੰਦੇਸਾ ਤਜ ਰਹੈ ਗੁਰਮੁਖ ਭਿਖਿਆ ਨਾਉ ਤਿਸਕੇ ਚਰਨ ਪਖਾਲੀ ਹੈ ਨਾਨਕ ਹਉ ਬਲਿਹਾਰ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਗੁਰੂ ਤਖਤ ਛੱਤਰ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਸੁਭਾਇਮਾਨ ਗੁਰੂ ਸਵਾਰੇ ਪ੍ਰੇਮੀ ਵੱਡਿਆਂ ਭਾਗਾਂ ਵਾਲੇ ਹੋ ਸਤਿਗੁਰੂ ਦੀ ਕਿਰਪਾ ਅਕਾਲ ਪੁਰਖ ਦੀ ਬਖਸ਼ਿਸ਼ ਗੁਰੂ ਚਰਨਾਂ ਦੇ ਅੰਦਰ
ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਗੁਰਬਾਣੀ ਕੀਰਤਨ ਆਪ ਜੀ ਨੇ ਸਰਵਨ ਕੀਤੇ ਹਨ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਤਖ਼ਤ 'ਤੇ ਸੁਭਾਇਮਾਨ ਹੋ ਕੇ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਜੋ ਮੁੱਖ ਵਾਕ ਹੁਕਮਨਾਮਾ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ, ਪਾਵਨ ਸ਼ਬਦ ਬਿਹਾਗੜਾ ਰਾਗ ਦੇ ਅੰਦਰ ਬਿਹਾਗੜਾ ਦੀ ਵਾਰ ਛੇਵੀਂ ਪੌੜੀ ਦੇ ਨਾਲ ਲੱਗਦੇ ਸਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 550 'ਤੇ ਸੁਭਾਇਮਾਨ ਨੇ। ਸਲੋਕ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨੇ, ਪੌੜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਹੈ। ਇਹਨਾਂ ਪਾਵਨ ਸਲੋਕਾਂ ਦੇ ਰਾਹੀਂ ਪੌੜੀ ਦੇ ਰਾਹੀਂ ਜੋ ਕਿਰਪਾ ਬਖਸ਼ਿਸ਼ ਜੀਵਨ ਜੁਗਤ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਆਓ ਤਿਸ ਦੇ ਧਾਰਨੀ ਹੋਣ ਵਾਸਤੇ ਜਿੰਨੇ ਸਤਸੰਗੀ ਗੁਰੂ ਚਰਨਾਂ ਦੇ ਅੰਦਰ ਜੁੜੇ ਹੋ ਜਾਂ ਦੇਸ਼ ਵਿਦੇਸ਼ ਦੇ ਅੰਦਰ ਇਸ ਸੁਭਾਗੇ ਸਮੇਂ ਨੂੰ ਸੰਭਾਲ ਰਹੇ ਹੋ, ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣੋ, ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਕਰੋ ਰਸਨਾ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਫਿਰ ਕਿਰਪਾ ਕਰੋ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਦਰਵੇਸੀ ਕੋ ਜਾਣ ਸੀ, ਵਿਰਲਾ ਕੋ ਦਰਵੇਸ। ਸਲੋਕ ਇੱਕ ਕਵਿਤਾ ਦੀ ਇੱਕ ਵਰੰਗੀ ਹੈ। ਕਾਵਿ ਦੇ ਅੰਦਰ ਜਿਵੇਂ ਚੌਪਈ ਹੈ, ਸ਼ੰਤ ਹੈ, ਦੋਹਰੇ ਹਨ, ਇਸੇ ਤਰ੍ਹਾਂ ਇਹ ਸਲੋਕ ਹੈ। ਮਹੱਲਾ ਤੀਜਾ, ਗੁਰੂ ਨਾਨਕ ਪਾਤਸ਼ਾਹ ਜੀ ਦੇ ਤੀਜੇ ਸਰੂਪ ਭਾਵ ਗੁਰੂ ਅਮਰਦਾਸ ਜੀ ਦਾ ਇਹ ਸਲੋਕ ਹੈ। ਦਰਵੇਸੀ ਕੋ ਜਾਣ ਸੀ, ਵਿਰਲਾ ਕੋ ਦਰਵੇਸ। ਕੋ ਸ਼ਬਦ ਜਿਹੜਾ ਹੈ ਇਹ ਕੋਈ, ਦਰਵੇਸ ਤੇ ਦਰਵੇਸੀ ਆਪਾਂ ਆਮ ਤੌਰ ਤੇ ਕਹਿ ਦਿੰਦੇ ਹਾਂ, ਫਕੀਰ ਤੇ ਫਕੀਰੀ। ਦਰਵੇਸ਼ ਤੇ ਦਰਵੇਸੀ, ਜਿਹੜਾ ਕੰਮ ਫਕੀਰ ਕਰਦਾ ਹੈ ਉਹਨੂੰ ਆਪਾਂ ਕਹਾਂਗੇ ਦਰਵੇਸੀ ਫਕੀਰੀ। ਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਵਿਰਲੇ ਹਨ ਸੰਸਾਰ ਦੇ ਅੰਦਰ ਉਹ ਫਕੀਰ
ਜਿਹੜੇ ਫਕੀਰੀ ਦਾ ਭੇਦ ਜਾਣਦੇ ਨੇ, ਕੋਈ ਭੋਲਾ ਭਾਲਾ ਬੰਦਾ ਹੋਵੇ, ਆਪਾਂ ਉਸ ਬਾਰੇ ਕਹਿੰਦੇ ਹਾਂ ਇਹ ਬੰਦਾ ਤਾਂ ਨਿਰਾ ਦਰਵੇਸ਼ ਹੈ। ਫਿਰ ਧਿਆਨ ਦੇਵਿਓ, ਸਾਡੀ ਭਾਸ਼ਾ ਦੇ ਅੰਦਰ ਇਹ ਅੱਖਰ ਵਰਤਿਆ ਜਾਂਦਾ, ਫਲਾਣਾ ਤਾਂ ਦਰਵੇਸ਼ ਹੈ। ਪਰ ਕਈ ਵਾਰੀ ਸਾਨੂੰ ਬਾਹਰੀ ਉਸਦਾ ਜਿਹੜਾ ਲਿਬਾਸ, ਉਸਦਾ ਚਾਲ ਚੱਲਣ ਵੇਖ ਕੇ ਲੱਗਦਾ ਵੀ ਇਹ ਦਰਵੇਸ਼ ਹੈ, ਪਰ ਜਦੋਂ ਉਹੋ ਹੀ ਬੰਦਾ ਕੋਈ ਸੰਸਾਰ ਵਿੱਚ ਗਲਤੀ ਕਰਦਾ ਹੈ ਤੇ ਅਸੀਂ ਕਹਿੰਦੇ ਵੀ ਸਾਨੂੰ ਟਪਲਾ ਲੱਗ ਗਿਆ ਸੀ। ਇਸ ਦਾ ਭਾਵ ਇਹ ਕਿ ਫਕੀਰੀ ਦੇ ਲਿਬਾਸ ਵਿੱਚ ਫਕੀਰ ਬੜੇ ਤੁਰੇ ਫਿਰਦੇ ਨੇ, ਪਰ ਵਾਸਤਵ ਵਿੱਚ ਫਕੀਰ ਹੈਨ ਬਹੁਤ ਘੱਟ। ਦਰਵੇਸ਼ੀ ਨੂੰ ਕਮਾਣ ਵਾਲੇ ਦਰਵੇਸ਼ ਬਹੁਤ ਘੱਟ ਨੇ। ਸਤਿਗੁਰੂ ਮਹਾਰਾਜ ਨੇ ਇਸ ਗੱਲ ਨੂੰ ਪਾਵਨ ਬਾਣੀ ਦੇ ਅੰਦਰ ਸਮਝਾਇਆ ਹੈ। ਬਾਬਾ ਫਰੀਦ ਜੀ ਦਾ ਇੱਕ ਸਲੋਕ ਜਦੋਂ ਆਪਾਂ ਪੜ੍ਹਦੇ ਹਾਂ ਨਾ, ਸਬਰ ਏ ਸਵਾਓ ਜੇ ਤੂੰ ਬੰਦਾ ਦਿੜ ਕਰੇ, ਵੱਧ ਥੀਵੇਂ ਦਰਿਆਓ ਟੁੱਟ ਨਾ ਥੀਵੇਂ ਵਾਹੜਾ, ਜੇ ਤੇਰੇ ਅੰਦਰ ਸੰਤੋਖ ਆ ਜਾਵੇ, ਸਬਰ ਆ ਜਾਵੇ ਤੇ ਫਿਰ ਤੂੰ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬਣ ਕੇ ਦਰਿਆ ਬਣ ਜਾਵੇਂਗਾ, ਟੁੱਟ ਕੇ ਵਾੜਾ ਨਹੀਂ ਬਣੇਗਾ। ਵਾੜਾ ਤੋਂ ਭਾਵ ਨਾਲਾ, ਵਾੜਾ ਨਹੀਂ ਬਣੇਗਾ, ਰੱਬ ਦਾ ਰੂਪ ਹੀ ਬਣ ਜਾਵੇਗਾ। ਪਰ ਅਗਲੇ ਸਲੋਕ ਦੇ ਅੰਦਰ ਕਿਰਪਾ ਕੀਤੀ, ਫਰੀਦਾ ਦਰਵੇਸ਼ੀ ਗਾ ਖੜੀ। ਸੌਖੀ ਇਹ ਗੱਲ ਨਹੀਂ ਦਰਵੇਸ਼ੀ ਵਾਲੀ, ਬਹੁਤ ਔਖੀ ਹੈ। ਮੈਂ ਨਹੀਂ ਕਹਿ ਰਿਹਾ, ਸਤਿਗੁਰਾਂ ਦੀ ਪਾਵਨ ਬਾਣੀ ਕਹਿ ਰਹੀ ਹੈ ਫਕੀਰੀ ਬਹੁਤ ਔਖੀ ਹੈ, ਫਕੀਰ ਬਣਨਾ ਕੋਈ ਸੌਖਾ ਨਹੀਂ। ਬਾਬਾ ਫਰੀਦ ਜੀ ਕਹਿ ਰਹੇ ਨੇ ਦਰਵੇਸ਼ੀ ਗਾ ਖੜੀ, ਦਰਵੇਸ਼ੀ ਫਕੀਰੀ ਗਾ ਖੜੀ ਔਖੀ ਹੈ। ਪਰ ਨਾਲ ਹੀ ਕਹਿੰਦੇ ਨੇ ਚੋਪੜੀ ਪ੍ਰੀਤ, ਇਕਨ ਕਿੰਨੇ ਚਾਲੀ ਹੈ ਦਰਵੇ ਸਾਵੀ ਰੀਤ। ਚੋਪੜੀ ਪ੍ਰੀਤ, ਆ ਜਿਵੇਂ ਆਪਾਂ ਕਹਿੰਦੇ ਨੇ ਫਲਾਣਾ ਬੰਦਾ ਚੋਪੜਿਆ ਹੋਇਆ, ਉਹਨੇ ਆਪਣੇ ਆਪ ਨੂੰ ਚੋਪੜਿਆ ਹੋਇਆ, ਭਾਲ ਬਾਹਰੋਂ ਵਿਖਾਵਾ ਬਣਾਇਆ ਹੋਇਆ। ਗਾਖੜੀ ਹੈ ਦਰਵੇਸੀ, ਪਰ ਬਾਬਾ ਜੀ ਕਹਿੰਦੇ ਨੇ ਤੂੰ ਬਣਾਈ ਹੋਈ ਹੈ ਪ੍ਰੀਤ ਵਿਖਾਵੇ ਦੀ, ਤੇ ਤੂੰ ਦਰਵੇਸੀ ਕਿਵੇਂ ਕਮਾਏਗਾ। ਫਰੀਦਾ ਦਰਵੇਸੀ ਗਾਖੜੀ ਚੋਪੜੀ ਪ੍ਰੀਤ, ਇਕਨ ਕਿੰਨੇ ਚਾਲੀ ਹੈ ਦਰਵੇਸਾਵੀ ਰੀਤ। ਕਈਆਂ ਵਿੱਚੋਂ ਇੱਕ ਹੈ ਕੋਈ ਵਿਰਲਾ ਜਿਹੜਾ ਦਰਵੇਸੀ ਵਾਲੀ ਅਵਸਥਾ ਅੰਦਰੋਂ ਬਾਹਰੋਂ ਆਪਣੇ ਜੀਵਨ ਦੇ ਅੰਦਰ ਧਾਰਨ ਕਰਦਾ ਹੈ। ਧਿਆਨ ਦੇਵਿਓ, ਬਾਰੀ ਅੰਦਰ ਸਤਿਗੁਰਾਂ ਨੇ ਬੜੇ ਸੌਖੇ ਢੰਗ ਨਾਲ ਸਾਨੂੰ ਸਮਝਾਇਆ। ਸਲੋਕ ਤੁਸੀਂ ਸਾਰੇ ਜਾਣਦੇ ਹੋ, ਮੈਂ ਕੇਵਲ ਤੁਹਾਡੇ ਨਾਲ ਸਾਂਝਾ ਕਰਨਾ ਹੈ। ਇਹ ਜਿਹੜੀ ਵਿਰਲਾ ਕੋ ਜਾਣ ਸੀ ਕੌਣ ਹੈ, ਰੋਜ਼ ਪੜ੍ਹਦੇ ਹਾਂ ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਨਾ, ਸਰਵਣੀ ਸੁਨਣਾ ਗੁਰ ਨਾਉ, ਸਤਿਗੁਰ ਸੇਤੀ ਰਤਿਆ, ਦਰਗਾਹ ਪਾਈਐ ਠਾਉ, ਕਹੋ ਨਾਨਕ ਕਿਰਪਾ ਕਰੇ, ਜਿਸ ਨੂੰ ਇਹ ਵੱਥ ਦੇ। ਅੱਗੇ
जग में उत्तम कांडिये विरले के ही के असी कहांगे उन्हां विचों असी भी गए। पर मेरी बेनती ये नहीं आप बन नहीं सकते, बन सकते हां, पर जेड़ियां गल्लां पहला कहियां ने ना उन्हां नूं अपने जीवन दे अंदर धारण कर लईए। असी जेबा करके गुरु नूं जप लेंदे होवांगे, नेत्रां करके नहीं, कन्ना करके नहीं। फिर ध्यान देवियो अंतर आत्मे नहीं। कई बारी बहुत सारे बंदे गुरु ग्रंथ साहब वल घंटियां बद्धी अपना ध्यान धर सकते हैं, ते मैनू ऐसे बंदियां दे नाल वाह पई, क्योंकि इत्थे किसी का नाम नहीं लेना, पर अमरीका दे अंदर न्यू जर्सी कॉर्ट्रेट दे विच मैं एक प्रेमी नूं तकिया जेड़ा घंटियां बद्धी संगत दे विच बैंदा है, पर उंदा ध्यान किसी बंदे वल नहीं, केवल ते केवल गुरु वल हुंदा है। तो तुसी हैरान होवोगे उह सचखंड श्री हरिमंदर साहब दे अंदर भी आंदे ने ना, ते इत्थे भी मैं बहुत वारी तजर्बा कीता है, डेढ़ डेढ़ घंटा दो दो घंटे ताबिया बैठ के उन्हां नूं सामने बैठिया वेख के ध्यान उन्हां दा केवल गुरु ते हुंदा है। मेरी बेनती कोई जेबा नाल गुरु नूं जप लैंदा होवेगा, कोई अखां नाल वेख भी लैंदा होवेगा, कोई कन्नां नाल सुन भी लैंदा होवेगा, पर अंतर आत्मे गुरु नूं वसाना बड़ा औखा है। क्योंकि गल इथों आरंभ की अंतर गुर आराधना, जेवा जप गुर नाओ, नेत्री सतगुर पेखना, श्रवणी सुनना गुर नाओ, सतगुर सेती रत्या, दरगा पाइए ठाओ, कहो नानक कृपा करे। जिसनू ए वथ दे आ गल ध्यान विच रखनी, ओ कृपा कर देवे ए वथ ए वस्तु केड़ी अंतर आराधन वारी, जेवा दे नाल जपन वारी, नेत्रां दे नाल वेखन वारी, कन्नां दे नाल सुनन वारी जीवन दे अंदर प्राप्त हो जावे, ते महाराज गरंटी देंदे ने दरगाह विच थां मिलेगी। कोई नहीं जिहड़ा रोक लवेगा, दरगाह अंदर थां मिलेगी। पर इहो जिहां दी गिनती किन्नी कु है? बहुत घट। महाराज आखदे ने हैन विरले ना ही कने, विश्राम देन लग्या ध्यान देना हैन विरले ना ही कने, फैल फकर संसार वखावा। गंद मंद बोलन वाले तो बड़े मिल जाएंगे संसार दे अंदर। फैल कहिंदे ने वखावा, ते फकड़ जिहड़ा हैगा ना इसका भाव है गंद मंद बोलन वाले। गंदा मंदा बोलन वाले बहुत मिल जाएंगे, वखावे वाले बहुत मिल जाएंगे, पर विरले हन जिहड़े अंदरों ते बाहरों इक हन, जिहड़े अंदरों ते बाहरों इक ने। एवें नहीं भाई साहब जी ने कह दिता गुरसिखी बारीक है, दरवेसी को जान सी विरला को दरवेश, गुरसिखी बारीक है खंडे तार गली अत भीड़ी। ते भाई साहब कहंदे ने उथे टिके ना पुनहना, चल ना सकै उपर कीड़ी, खंडे तार गली अत भीड़ी। गुरसिखी बारीक है, मच्छर जिहड़ा बारीक जिहा हुंदा है ना टिक नहीं सकता, कीड़ी चल नहीं सकती, जिहड़ी गुरसिखी है इन्नी बारीक है खंडे की तार वर्गी, खंडे की तार वर्गी। दूजे अखरां विच आपां इहनूं इउं कह लईए, मुरदा होए मुरीद ना गली होवना, यह गल गल्लां दी नहीं, दरवेसी को जान सी विरला को दरवेस। मुर्दा होए मुरीद ना गली होवना, इस पंक्ति नूं समझन वास्ते महापुरशां ने जो जुगती ढंग तरीका सानूं समझाया, कहंदे ने
ਇੱਕ ਮੁਰਦੇ ਦੀ ਲਾਸ਼ ਸੀੜੀ ਤੇ ਪਾ ਕੇ ਸ਼ਮਸ਼ਾਨ ਘਾਟ ਵੱਲ ਲੈ ਕੇ ਲੋਕ ਜਾ ਰਹੇ ਨੇ। ਰੱਬ ਦਾ ਪਿਆਰਾ ਕੋਈ ਫਕੀਰ, ਰੱਬ ਦੀ ਬੰਦਗੀ ਕਰਨ ਵਾਲਾ, ਇਬਾਦਤ ਕਰਨ ਵਾਲਾ ਜਦੋਂ ਮੁਰਦੇ ਦੀ ਅਰਥੀ ਨੂੰ ਵੇਖਦਾ ਹੈ ਤੇ ਕਹਿੰਦੇ ਨੇ ਧਰਤੀ ਤੇ ਲੰਮਾ ਪੈ ਜਾਂਦਾ ਹੈ, ਲੋਕ ਬੜਾ ਇਤਰਾਜ਼ ਕਰਦੇ ਨੇ। ਵੇਖੋ ਭਾਵੇਂ ਸਾਨੂੰ ਮੌਤ ਯਾਦ ਨਾ ਹੋਵੇ, ਦੁਨੀਆਂ ਦੇ ਰੰਗ ਤਮਾਸ਼ਿਆਂ ਅੰਦਰ ਜੀਵਨ ਬਤੀਤ ਕਰ ਰਹੇ ਹੋਈਏ, ਪਰ ਇੱਕ ਗੱਲ ਤਾਂ ਆਪਾਂ ਵੇਖਦੇ ਹਾਂ ਨਾ, ਕਿਸੇ ਦੀ ਅਰਥੀ ਜਾ ਰਹੀ ਹੋਵੇ, ਭਾਵੇਂ ਸੜਕ 'ਤੇ ਤੁਰੇ ਜਾ ਰਹੇ ਹਾਂ ਜਾਂ ਕਾਰ 'ਤੇ ਹਾਂ ਜਾਂ ਸਕੂਟਰ 'ਤੇ ਹਾਂ, ਜੇ ਅਸੀਂ ਰੁਕਾਂਗੇ ਨਹੀਂ ਘੱਟੋ ਘੱਟ ਸਿਰ ਤਾਂ ਨੀਵਾਂ ਕਰ ਹੀ ਦੇਵਾਂਗੇ ਨਾ, ਅੱਬਲ ਤਾਂ ਰੁਕ ਜਾਂਦੇ ਹਾਂ, ਕਿਉਂਕਿ ਉਸ ਵੇਲੇ ਮੌਤ ਯਾਦ ਆਉਂਦੀ। ਇਹ ਦਿਨ ਸਾਡੇ 'ਤੇ ਵੀ ਆਉਣਾ ਹੈ, ਪਰ ਮੇਰੀ ਬੇਨਤੀ, ਜਿਹੜੇ ਲੋਕ ਅਰਥੀ ਦੇ ਨਾਲ ਜਾ ਰਹੇ ਨੇ ਉਹਨਾਂ ਨੇ ਬੜਾ ਗੁੱਸਾ ਮਨਾਇਆ ਤੇ ਹਾਕਮ ਦੇ ਕੋਲ ਕਰ ਦਿੱਤੀ ਸ਼ਿਕਾਇਤ ਕਿ ਤੁਸੀਂ ਇਸ ਫਕੀਰ ਨੂੰ ਬੜਾ ਸਿਰੇ ਚਾੜਿਆ ਹੋਇਆ, ਅੱਜ ਇੰਨੀ ਆ ਗੁਸਤਾਖੀ ਕੀਤੀ। ਤੇ ਕਹਿੰਦੇ ਨੇ ਹਾਕਮ ਨੇ ਬੁਲਾ ਰਿਹਾ ਲੋਕਾਂ ਦੀ ਤਸੱਲੀ ਕਰਨ ਵਾਸਤੇ, ਹਾਕਮ ਨੂੰ ਵਿਸ਼ਵਾਸ ਸੀ, ਉਹਨੇ ਉਹ ਘਟਨਾ ਦੁਹਰਾਈ ਤੇ ਆਖਿਆ ਵੀ ਅੱਜ ਮੁਰਦੇ ਦੀ ਅਰਥੀ ਜਾ ਰਹੀ ਸੀ, ਤੁਸੀਂ ਉਹਨੂੰ ਵੇਖ ਕੇ ਲੰਬੇ ਕਿਉਂ ਪੈ ਗਏ? ਲੋਕ ਤਾਂ ਖੜੇ ਹੋ ਜਾਂਦੇ ਨੇ, ਹੱਥ ਜੋੜਦੇ ਨੇ। ਤੇ ਹਾਕਮ ਨੂੰ ਜਵਾਬ ਦਿੱਤਾ ਫਕੀਰ ਨੇ, ਕਹਿਣ ਲੱਗੇ ਮੁਰਦੇ ਨੂੰ ਵੇਖ ਕੇ ਜ਼ਿੰਦਾ ਤਾਂ ਖੜਾ ਹੋ ਸਕਦਾ ਪਰ ਮੁਰਦਾ ਨਹੀਂ ਖੜਾ ਹੋ ਸਕਦਾ। ਫਿਰ ਧਿਆਨ ਦੇਵਿਓ, ਮੁਰਦੇ ਨੂੰ ਵੇਖ ਕੇ ਜ਼ਿੰਦਾ ਤਾਂ ਖੜਾ ਹੋ ਸਕਦਾ ਪਰ ਮੁਰਦਾ ਨਹੀਂ ਖੜਾ ਹੋ ਸਕਦਾ। ਫਕੀਰ ਨੇ ਆਪਣੇ ਆਪ ਨੂੰ ਮਾਰ ਲਿਆ, ਮੁਰਦਾ ਹੋ ਗਿਆ। ਤੇ ਜਿਹੜੇ ਮਰ ਕੇ ਜੰਮਦੇ ਨੇ ਪਿਆਰਿਓ, ਉਹ ਹੀ ਸਹੀ ਜੀਵਨ ਆਪਣੇ ਜੀਵਨ ਦੇ ਅੰਦਰ ਜਿਉਂਦੇ ਨੇ। ਅੱਜ ਤੋਂ ਬਾਬਾ ਨਾਨਕ ਦੀ ਗੱਲ ਆਪਾਂ ਪੜ੍ਹਦੇ ਹਾਂ, ਵੇਈ ਦੇ ਅੰਦਰ ਡੁੱਬ ਗਏ ਤੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਮਰ ਗਏ। ਪਰ ਬਾਬਾ ਨਾਨਕ ਜੀ ਵਾਸਤੇ ਇਹ ਸ਼ਬਦ ਜਦੋਂ ਮਰ ਗਿਆ ਸੁਣਦਾ ਕੋਈ ਗੁਰੂ ਕਾ ਸਿੱਖ ਤੇ ਬੜੇ ਉਸਦੇ ਹਿਰਦੇ ਨੂੰ ਸ਼ੋਹ ਲੱਗਦੀ ਹੈ, ਠੇਸ ਲੱਗਦੀ ਹੈ। ਪਰ ਲਿਖਾਰੀ ਇੱਕ ਨੇ ਬੜਾ ਸੁੰਦਰ ਲਿਖਿਆ, ਉਹ ਕਹਿੰਦੇ ਨੇ ਨਹੀਂ, ਵਾਸਤਵ ਵਿੱਚ ਜਿਹੜੀ ਗੱਲ ਲੋਕਾਂ ਨੇ ਕਹੀ ਬਾਬੇ ਨੇ ਲੋਕਾਂ ਨੂੰ ਇਹ ਕਰਕੇ ਵਿਖਾਈ, ਬਾਬੇ ਨੇ ਪਹਿਲਾਂ ਡੁੱਬ ਕੇ ਮਰ ਕੇ ਫਿਰ ਸਿਖਾਇਆ, ਜਿਹੜਾ ਡੁੱਬਦਾ ਹੈ ਮਰ ਕੇ ਡੁੱਬਦਾ ਹੈ, ਧਿਆਨ ਦੇਵਿਓ, ਤੇ ਜਿਹੜਾ ਮਰ ਕੇ ਡੁੱਬਦਾ ਹੈ ਫਿਰ ਹੀ ਉਹ ਤਰਦਾ ਉੱਪਰ। ਇਹ ਗੱਲ ਧਿਆਨ ਵਿੱਚ ਰੱਖਣਾ, ਜਿੰਨਾ ਚਿਰ ਸਰੀਰ ਦੇ ਅੰਦਰ ਜਾਨ ਹੈ ਉਹਨਾਂ ਚਿਰ ਡੁੱਬੇਗਾ ਨਹੀਂ, ਤੇ ਜਦੋਂ ਡੁੱਬ ਜਾਏਗਾ ਤੇ ਮਰਨ ਤੋਂ ਬਾਅਦ ਫਿਰ ਤਰ ਪਵੇਗਾ। ਮਰਨ ਤੋਂ ਬਾਅਦ ਹੀ ਫਿਰ ਬੰਦਾ ਤਰਦਾ, ਫਿਰ ਉਹ ਤਰਦਾ। ਬਾਬੇ ਨਾਨਕ ਨੇ ਸੰਸਾਰ ਨੂੰ ਇੱਕ ਸੁਨੇਹਾ ਦਿੱਤਾ ਕਿ ਜੇ ਜਿਉਣਾ ਜੇ ਤਰਨਾ ਜੇ ਤੇ ਪਹਿਲਾਂ ਆਪਣੇ ਆਪ ਨੂੰ ਮੁਰਦਾ ਕਰ ਲਓ। ਆ ਜਿਹੜੇ ਬਚਨ ਆਪਾਂ ਪਹਿਲੇ ਨਾ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਨੁਕਾ ਤੋ ਆਓ ਹਮਾਰੇ ਪਾਸ। ਇਹ ਗੱਲ ਬਾਬਾ ਨਾਨਕ ਦੇ ਪੰਜਵੇਂ ਸਰੂਪ ਨੇ ਸਾਨੂੰ ਸਮਝਾਈ ਹੈ। ਭਾਈ ਸਾਹਿਬ ਜੀ ਆਖਦੇ ਨੇ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਪਉ ਖੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਤਿਸ ਭੁੱਖ ਦਾ ਨੀਂਦ ਨਾ ਖਾਣਾ ਸੋਵਣਾ, ਪੀਹਣ ਹੋਏ ਜਜੀਦ ਪਾਣੀ ਢੋਵਣਾ, ਪੱਖੇ ਦੀ ਤਾਗੀਦ ਪੱਗ ਮਲ ਧੋਵਣਾ, ਦਰ ਦਰਵੇਸ਼ ਰਸੀਦ। ਦਰਵੇਸ਼ੀ ਕੋ ਜਾਨ ਸੀ ਵਿਰਲਾ ਕੋ ਦਰਵੇਸ਼। ਮਹਾਰਾਜ ਆਖਦੇ ਨੇ ਭਾਈ ਗੁਰਦਾਸ ਜੀ, ਦਰ ਦਰਵੇਸ਼ ਰਸੀਦ ਪਿਰਮ ਰਸ ਭੋਵਣਾ, ਚੰਦ ਮੁਬਾਰਕ ਈਦ ਪੁੱਗ ਖਲੋਵਣਾ। ਦਰਵੇਸ਼ੀ ਕੋ ਜਾਨ ਸੀ ਵਿਰਲਾ ਕੋ ਦਰਵੇਸ਼। ਫਕੀਰ ਬਣਨਾ ਹੋਰ ਗੱਲ ਹੈ, ਪਰ ਫਕੀਰੀ ਦੀ ਰਮਜ ਨੂੰ ਸਮਝਣਾ ਹੋਰ ਗੱਲ ਹੈ। ਸਤਿਗੁਰੂ ਜੀ ਕਿਰਪਾ ਕਰਦੇ ਨੇ ਦਰਵੇਸ਼ੀ ਨੂੰ,
ਫਕੀਰੀ ਨੂੰ ਕੋਈ ਵਿਰਲਾ ਫਕੀਰ ਹੀ ਸਮਝਦਾ, ਜਾਣੇ ਤੋਂ ਭਾਵ ਕੋਈ ਵਿਰਲਾ ਇਹ ਜਾਣਦਾ ਹੈ, ਕੋਈ ਵਿਰਲਾ ਇਹ ਸਮਝਦਾ ਹੈ। ਜੇ ਘਰ ਘਰ ਹੰਡੈ ਮੰਗਦਾ, ਤਿਗ ਜੀਵਨ ਤਿਗ ਵੇਸ। ਫਕੀਰ ਬਣ ਗਿਆ ਤੇ ਜੇ ਘਰ ਘਰ ਮੰਗਦਾ ਫਿਰਦਾ, ਹੰਡੇ ਤੋਂ ਭਾਵ ਫਿਰਦਾ ਮੰਗਦਾ, ਕਿਉਂਕਿ ਫਰੀਦਾ ਚਾਰ ਗਵਾਇਆ ਹੰਡ ਕਹਿ, ਚਾਰ ਗਵਾਇਆ ਸਮ ਹੰਡ ਕਹਿ ਫਿਰ ਕਹਿ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਫਕੀਰ ਵੀ ਸਦਵੰਦ ਹੈ ਤੇ ਮੰਗਦਾ ਵੀ ਫਿਰਦਾ, ਮੰਗਦਾ ਵੀ ਫਿਰਦਾ ਹੈ। ਤੇ ਅੱਗੇ ਬਾਬੇ ਨੇ ਕੀ ਅੱਖਰ ਵਰਤੇ ਨੇ, ਇਹੋ ਜੈ ਬੰਦੇ ਦਾ ਜਿਹੜਾ ਨਾ ਸੰਸਾਰ ਵਿੱਚ ਜੀਵਣਾ ਤ੍ਰਿਗਾਕਾਰ ਹੈ, ਭਾਵ ਫਿਟਲਾਂਤ ਹੈ, ਫਿਟਕਾਰ ਹੈ ਉਸ ਫਕੀਰ ਦੇ ਜੀਵਨ ਨੂੰ ਜਿਹੜਾ ਘਰ ਘਰ ਮੰਗਦਾ ਫਿਰਦਾ ਹੈ। ਬਾਣੀ ਗੁਰੂ ਨੂੰ ਆਪਾਂ ਪੜ੍ਹੀਏ ਤੇ ਮਹਾਰਾਜ ਨੇ ਸਾਨੂੰ ਇਹ ਗੱਲ ਬੜੇ ਸੌਖੇ ਢੰਗ ਨਾਲ ਸਮਝਾਈ ਹੈ। ਇੱਕ ਸਾਰੰਗ ਰਾਗ ਦੇ ਅੰਦਰ ਬਾਬਾ ਨਾਨਕ ਜੀ ਦਾ ਸ਼ਬਦ ਹੈ, ਗਿਆਨ ਵਿਹੂਣਾ ਗਾਵੇ ਗੀਤ, ਭੁੱਖੇ ਮੁੱਲਾ ਘਰੇ ਮਸੀਤ, ਮਖੱਟੂ ਹੋਏ ਕੈ ਕੰਨ ਪੜਾਏ, ਫੱਕਰ ਕਰੇ ਹੋਰ ਜਾਤ ਗਵਾਏ, ਗੁਰ ਪੀਰ ਸਦਾਏ ਮੰਗਣ ਜਾਏ, ਤਾ ਕੈ ਮੂਲ ਨਾ ਲੱਗਿਆ ਪਾਏ। ਤੇ ਅੱਗੇ ਕੀ ਆਖਿਆ, ਕਾਲ ਖਾਏ ਕਿਸ਼ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਇਹ ਹੈ ਬਾਬੇ ਨਾਨਕ ਦੇ ਘਰ ਦਾ ਸਿਧਾਂਤ, ਜਿਸ ਬਾਰੇ ਆਪਾਂ ਪੜ੍ਹਦੇ ਹਾਂ, ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਨ ਵਰਤੰਦਾ। ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਨ ਵਰਤੰਦਾ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਪੰਡਿਤ ਭਜਨ ਬੜੇ ਗਾਉਂਦਾ ਹੈ ਪਰ ਉਹਨਾਂ ਭਜਨਾਂ ਦੇ ਮੁਤਾਬਕ, ਗੀਤਾਂ ਦੇ ਮੁਤਾਬਕ ਅੰਦਰਲਾ ਜੀਵਨ ਨਹੀਂ। ਗੀਤ ਕੇਵਲ ਗਾਏ ਜਾ ਰਹੇ ਨੇ ਰੋਟੀ ਦੀ ਖਾਤਰ। ਮੁੱਲਾ ਵੀ ਨਮਾਜ਼ ਪੜ੍ਹਦਾ ਹੈ, ਰੋਜ਼ੇ ਰੱਖਦਾ ਹੈ, ਉਹਨੇ ਵੀ ਘਰ ਵਿੱਚ ਮਸੀਤ ਬਣਾਈ ਹੋਈ ਹੈ ਕੇਵਲ ਤੇ ਕੇਵਲ ਰੋਟੀ ਦੀ ਖਾਤਰ। ਮਖੱਟੂ ਜਿਹੜੇ ਸਾਧ ਸੰਗਤ ਕੰਮ ਚੋਰ ਹੁੰਦੇ ਨੇ, ਕੰਮ ਚੋਰ ਮਖੱਟੂ ਕਹਿੰਦੇ ਨੇ, ਕੰਮ ਚੋਰ ਮਖੱਟੂ ਲੋਕ ਵੀ ਕੀ ਕਰਦੇ ਨੇ, ਕੰਨ ਪੜਾ ਲੈਂਦੇ ਨੇ, ਕੰਨਾਂ ਦੇ ਵਿੱਚ ਮੁੰਦਰਾ ਪਾ ਲੈਂਦੇ ਨੇ, ਕੰਨ ਪੜਾ ਲੈਂਦੇ ਨੇ, ਕੰਨਾਂ ਵਿੱਚ ਮੁੰਦਰਾ ਪਾ ਲੈਂਦੇ ਨੇ, ਫਿਰ ਆਪਣੇ ਆਪ ਨੂੰ ਫਕਰ ਸਦਾਉਂਦੇ ਨੇ, ਫਕੀਰ ਸਦਾਉਂਦੇ ਨੇ। ਤੇ ਜੇ ਉਹਨਾਂ ਦੀ ਡਿਮਾਂਡ ਪੂਰੀ ਨਾ ਹੋਵੇ, ਮੰਨ ਲਓ ਕੋਈ ਗ੍ਰਸਤੀ ਡਿਮਾਂਡ ਪੂਰੀ ਨਹੀਂ ਕਰ ਸਕਦਾ ਤੇ ਕਹਿਣਗੇ ਜੋਗੀ ਲੋਕ ਸ਼ਰਾਫ ਦੇ ਦੇਣਗੇ, ਤੁਹਾਡੇ ਨਾਲ ਵਾਹ ਪੈਂਦੀ ਹੋਵੇਗੀ। ਮੇਰੀ ਬੇਨਤੀ, ਮਖੱਟੂ ਹੋਏ ਕੈ ਕੰਨ ਫੜਾਏ, ਫਕਰ ਕਰੇ ਹੋਰ ਜਾਤ ਗਵਾਏ। ਤੇ ਫਿਰ ਅੱਗੇ ਕਿਰਪਾ ਕੀਤੀ, ਗੁਰਪੀਰ ਸਦਾਏ ਮੰਗਣ ਜਾਏ, ਤਾਂ ਕੈ ਮੂਲ ਨਾ ਲੱਗਿਆ ਪਾਏ। ਕਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਬਾਬਰ ਨਾਲ ਬਾਬੇ ਦੀ ਵੀ ਮੁਲਾਕਾਤ ਹੋਈ, ਬਾਬਰ ਨਾਲ ਬਾਬੇ ਦੀ ਵੀ ਮੁਲਾਕਾਤ ਹੋਈ ਤੇ ਮਿਲਣ ਵਾਸਤੇ ਆ ਰਿਹਾ ਹੈ। ਦੌਲਤ ਖਾਨ ਨੂੰ ਪੁੱਛਦਾ, ਬਾਬੇ ਦੇ ਦਰ ਤੇ ਜਾਣਾ ਹੈ, ਬਾਬੇ ਨੂੰ ਭੇਟਾ ਕੀ ਰੱਖਾਂ? ਤੇ ਦੌਲਤ ਖਾਨ ਗੁਰੂ ਮਹਾਰਾਜ ਦੀ ਕਿਰਪਾ ਦਾ ਪਾਤਰ ਬਣ ਚੁੱਕਾ ਹੈ, ਉਹਨੇ ਸਤਿਗੁਰੂ ਮਹਾਰਾਜ ਨੂੰ ਵੇਖ ਲਿਆ। ਬਾਬਰ ਨੂੰ ਕਹਿਣ ਲੱਗਾ, ਤੇਰੇ ਕੋਲ ਗੁਰੂ ਨਾਨਕ ਪਾਤਸ਼ਾਹ ਨੂੰ ਦੇਣ ਵਾਸਤੇ ਹੈ ਕੀ? ਕਿਉਂਕਿ ਤੂੰ ਤਾਂ ਦੁਨੀ ਦਾ ਮਾਲਕ ਹੈ ਨਾ, ਬਾਬਾ ਦੀਨ ਦੁਨੀ ਦਾ ਮਾਲਕ ਹੈ। ਤੇ ਫਿਰ ਇਤਿਹਾਸਕਾਰਾਂ ਨੇ ਬਚਨ ਲਿਖੇ ਨੇ, ਕਹੇ ਨਾਨਕ ਸੁਣ ਬਾਬਰ ਮੀਰ। ਕਿਉਂਕਿ ਬਾਬਰ ਨੇ ਕਿਹਾ ਨਾ, ਮੰਗ ਲਓ ਰਾਜਾ
ਮੀਰ ਕਹਿੰਦੇ ਨੇ ਰਾਜੇ ਨੂੰ ਪਾਤਸ਼ਾਹ ਨੂੰ ਆ ਮੀਰੀ ਪੀਰੀ ਆਪਾਂ ਇਸੇ ਵਾਸਤੇ ਕਹਿੰਦੇ ਹਾਂ ਨਾ ਕਹੇ ਨਾਨਕ ਸੁਣ ਬਾਬਰ ਮੀਰ ਤੁਝ ਤੇ ਮੰਗੇ ਐਮਕ ਫਕੀਰ ਬਾਬਰ ਨੂੰ ਕਹਿਣ ਲੱਗੇ ਤੂੰ ਹੋਵੇਂਗਾ ਮੀਰ ਬਾਦਸ਼ਾਹ ਹੋਵੇਂਗਾ ਪਰ ਤੇਰੇ ਕੋਲੋਂ ਉਹੋ ਹੀ ਫਕੀਰ ਮੰਗੇਗਾ ਜਿਹੜਾ ਫਕੀਰੀ ਦੀ ਰਮਜ਼ ਨੂੰ ਜਾਣਦਾ ਨਹੀਂ ਜਿਹੜਾ ਫਕੀਰੀ ਨੂੰ ਸਮਝਦਾ ਹੈ ਉਹ ਕੇਵਲ ਉਸ ਕੋਲੋਂ ਮੰਗੇਗਾ ਜਿਸ ਬਾਰੇ ਬਾਬਾ ਆਖਦਾ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ ਜਿਹੜਾ ਬੰਦਾ ਮੰਗਦਾ ਫਿਰਦਾ ਹੈ ਪੇਟ ਦੀ ਖਾਤਰ ਉਹਨੇ ਨਾ ਦਰਵੇਸੀ ਨੂੰ ਸਮਝਿਆ ਉਸਦਾ ਫਕੀਰ ਪੁਣਾ ਵੀ ਦਰਵੇਸੀ ਪੁਣਾ ਵੀ ਫਿਟਕਾਰ ਯੋਗ ਹੈ ਤੇ ਉਸਦਾ ਜਿਉਣਾ ਵੀ ਸੰਸਾਰ ਦੇ ਅੰਦਰ ਫਿਟਕਾਰ ਯੋਗ ਹੈ ਜੇ ਆਸਾ ਅੰਦੇਸਾ ਤਜ ਰਹੇ ਗੁਰਮੁਖ ਭਿਖਿਆ ਨਾਉ ਨਾਲ ਦੀ ਨਾਲ ਸਵਾਲ ਵੀ ਤੇ ਜਵਾਬ ਵੀ ਹੈ ਹੁਣ ਦਰਵੇਸੀ ਹੈ ਕੌਣ ਦਰਵੇਸ਼ ਕੌਣ ਹੈ ਮਹਾਰਾਜ ਕਿਰਪਾ ਕਰਦੇ ਨੇ ਜਿਹੜਾ ਇਸ਼ਾਵਾਂ ਵੀ ਛੱਡ ਦਿੰਦਾ ਹੈ ਤੇ ਚਿੰਤਾ ਵੀ ਛੱਡ ਦਿੰਦਾ ਹੈ ਜੇ ਆਸਾ ਅੰਦੇਸਾ ਤਜ ਰਹੇ ਆਸਾ ਇਸ਼ਾਵਾਂ ਅੰਦੇਸਾ ਚਿੰਤਾ ਫਿਕਰ ਝੋਰੇ ਇਹਨਾਂ ਨੂੰ ਛੱਡ ਦੇਵੇ ਤੇ ਗੁਰੂ ਦੇ ਸਨਮੁਖ ਹੋ ਕੇ ਕੀ ਮੰਗੇ ਭਾਉ ਤੇਰਾ ਭਾਂਗ ਖੰਡੀ ਮੇਰਾ ਚੀਤ ਮੈਂ ਦੀਵਾਨਾ ਪਿਆ ਅਤੀਤ ਕਰ ਕਾਸਾ ਦਰਸ਼ਨ ਕੀ ਭੂਖ ਮੈਂ ਦਰ ਮੰਗੂ ਨੀਤਾ ਨੀਤ ਤੋ ਦਰਸ਼ਨ ਕੀ ਕਰੂੰ ਸਮਾਏ ਮੈਂ ਦਰ ਮੰਗਤ ਭਿਖਿਆ ਪਾਏ ਤੇ ਅਖੀਰ ਵਿੱਚ ਜਾ ਕੇ ਕਹਿ ਦਿੱਤਾ ਤੇਰੇ ਨਾਮ ਨਿਵੇਂ ਰਹੇ ਲਿਵਲਾਏ ਨਾਨਕ ਤਿੰਨ ਦਰ ਭਿਖਿਆ ਪਾਏ ਜਿਹੜਾ ਇਸ਼ਾਵਾਂ ਨੂੰ ਛੱਡ ਦਿੰਦਾ ਹੈ ਚਿੰਤਾਵਾਂ ਨੂੰ ਛੱਡ ਦਿੰਦਾ ਹੈ ਤੇ ਗੁਰੂ ਕੋਲੋਂ ਕੇਵਲ ਤੇ ਕੇਵਲ ਭਿਖਿਆ ਮੰਗਦਾ ਕਿਹੜੀ ਵਾਹਿਗੁਰੂ ਪਰਮਾਤਮਾ ਦੇ ਨਾਮ ਦੀ ਇਸ ਕੇ ਚਾਰਨ ਪਖਾਲੀ ਹੈ ਨਾਨਕ ਹਾਉ ਬਲਿਹਾਰ ਜਾਓ ਤੇ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਤੀਜੇ ਸਰੂਪ ਕਹਿੰਦੇ ਨੇ ਮੈਂ ਇਹੋ ਜਿਹੇ ਦਰਵੇਸ਼ ਦੇ ਚਰਨ ਪਖਾਲਦਾ ਚਰਨ ਧੋਨਾ ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਜੀਉ ਮੈਂ ਉਸਦੇ ਚਰਨ ਧੋਨਾ ਮੇਰੀ ਖੱਲੋਂ ਮੌਜੜੇ ਗੁਰਸਿੱਖਾਂ ਹੰਡਾਉਂਦੇ ਤੇ ਮੈਂ ਐਸੇ ਦਰਵੇਸ਼ਾਂ ਤੋਂ ਬਲਿਹਾਰ ਜਾਨਾ ਸਦਕੇ ਜਾਂਦਾ ਹਾਂ ਮਹੱਲਾ ਤੀਜਾ ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਹੇ ਅਖਰੀ ਅਰਥ ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਸੰਸਾਰ ਇੱਕ ਰੁੱਖ ਹੈ ਦਰਖਤ ਹੈ ਤੇ ਮਾਇਆ ਦੇ ਮੋਹ ਦਾ ਇਹਨੂੰ ਇੱਕ ਫਲ ਲੱਗਾ ਹੋਇਆ ਦੋ ਪੰਛੀ ਕਿਹੜੇ ਨੇ ਦੋ ਪੰਖੇਰੂ ਆਹੇ ਹੁਣ ਇਹ ਦੋ ਪੰਖੇਰੂ ਕਿਹੜੇ ਨੇ ਦੋਏ ਪੰਖੇਰੂ ਕਿਹੜੇ ਨੇ ਦੋ ਪੰਛੀ ਕਿਹੜੇ ਨੇ ਗੁਰਮੁਖ ਤੇ ਮਨਮੁਖ ਫਿਰ ਖਿਆਲ ਕਰਿਓ ਸੰਸਾਰ ਇੱਕ ਦਰਖਤ ਹੈ ਮਾਇਆ ਦੇ ਮੋਹ ਦਾ ਇਹਨੂੰ ਫਲ ਲੱਗਾ ਹੋਇਆ ਹੈ ਇੱਕ ਮੋਹ ਤਾਂ ਇੱਕੋ ਹੀ ਹੈ ਨਾ ਰੂਪ ਭਾਵੇਂ ਉਸਦੇ ਵੱਖਰੇ ਵੱਖਰੇ ਹੋਣ ਮਾਇਆ ਦੇ ਮੋਹ ਦਾ ਉਹਨੂੰ ਫਲ ਲੱਗਾ ਹੋਇਆ ਹੈ ਤੇ ਦੋ ਪੰਛੀ ਬੈਠੇ ਨੇ ਕਿਹੜੇ ਗੁਰਮੁਖ ਤੇ ਮਨਮੁਖ ਇਹ ਦੋ ਪੰਖੀ ਹਨ ਆਵਤ ਜਾਤ ਨਾ ਦਿਸਹੀ ਨਾ ਪਰ ਪੰਖੀ ਤਾਹੇ ਇਹ ਜਿਹੜੇ ਪੰਖੀ ਨੇ ਦੋ ਇਹਨਾਂ ਨੂੰ ਖੰਭ ਵੀ ਕੋਈ ਨਹੀਂ ਪਰ ਕਹਿੰਦੇ ਨੇ ਖੰਭਾਂ ਨੂੰ
ਇਹਨਾਂ ਨੂੰ ਖੰਭ ਵੀ ਕੋਈ ਨਹੀਂ ਲੱਗੇ ਹੋਏ, ਗੁਰਮੁਖ ਨੂੰ ਤੇ ਮਨਮੁਖ ਨੂੰ। ਮਹਾਰਾਜ ਕਿਰਪਾ ਕਰਦੇ ਨੇ, ਦੋਵਾਂ ਨੂੰ ਕੋਈ ਖੰਭ ਵੀ ਨਹੀਂ ਲੱਗੇ ਹੋਏ। ਕਿੱਥੋਂ ਆ ਰਹੇ ਨੇ, ਕਿੱਥੇ ਜਾ ਰਹੇ ਨੇ, ਇਹ ਵੀ ਕੋਈ ਪਤਾ ਨਹੀਂ। ਮੈਂ ਕਈ ਵਾਰੀ ਬੇਨਤੀ ਕਰਿਆ ਕਰਦਾ, ਸਾਡਾ ਆਪਣਾ ਹੋਵੇ, ਜਾਣ ਪਹਿਚਾਣ ਵਾਲਾ ਹੋਵੇ, ਤੇ ਅਸੀਂ ਫੱਟ ਕਹਿੰਦੇ ਹਾਂ ਫਲਾਣੇ ਦਾ ਸਵਰਗਾਂ ਵਿੱਚ ਵਾਸਾ ਹੋਵੇ। ਕਦੀ ਕਿਸੇ ਬੰਦੇ ਨੇ ਇਹ ਵੀ ਕਿਹਾ ਮਰੇ ਦੇ ਨਾਲ ਨਰਕਾਂ ਵਿੱਚ ਵਾਸਾ ਹੋਵੇ? ਪਤਾ ਨਹੀਂ ਸਾਨੂੰ ਕਿੱਥੇ ਵੱਸ ਰਿਹਾ, ਪਰ ਕੋਈ ਬੰਦਾ ਇਹ ਨਹੀਂ ਕਹਿੰਦਾ ਵੀ ਜਾਣ ਵਾਲਾ ਨਰਕ ਵਾਸੀ ਹੋਵੇ। ਬੇਸ਼ੱਕ ਸਾਰੀ ਜ਼ਿੰਦਗੀ ਸ਼ਰਾਬੀ ਕਬਾਬੀ ਰਿਹਾ ਹੋਵੇ, ਨਸ਼ਾਖੋਰੀ ਕਰਦਾ ਰਿਹਾ ਹੋਵੇ, ਗੁਰਮਤ ਦੇ ਨੇੜੇ ਨਾ ਗਿਆ ਹੋਵੇ, ਤੇ ਫਿਰ ਵੀ ਕਹਾਂਗੇ ਸਵਰਗ ਵਾਸੀ, ਸਵਰਗਾਂ ਵਿੱਚ ਵਾਸਾ ਹੋਵੇ। ਪਰ ਕਦੀ ਨਹੀਂ ਕੋਈ ਕਹਿੰਦਾ ਵੀ ਨਰਕਾਂ ਦੇ ਵਿੱਚ ਵਾਸਾ ਹੋਵੇ, ਨਾ। ਪਰ ਮਹਾਰਾਜ ਕਹਿੰਦੇ ਨੇ ਸਾਨੂੰ ਪਤਾ ਹੀ ਨਹੀਂ ਇਹ ਪੰਛੀ ਕਿੱਥੋਂ ਆ ਰਹੇ ਨੇ, ਕਿੱਥੇ ਜਾ ਰਹੇ ਨੇ। ਹੈਨ ਦੋ ਪੰਛੀ, ਗੁਰਮੁਖ ਤੇ ਮਨਮੁਖ, ਪਰ ਇਹਨਾਂ ਦਾ ਪਤਾ ਨਹੀਂ ਕਿੱਥੋਂ ਆ ਰਹੇ ਨੇ, ਕਿੱਥੇ ਜਾ ਰਹੇ ਨੇ। ਬਾਣੀ ਗੁਰੂ ਨੇ ਨਿਰਣਾ ਦਿੱਤਾ, ਪਰ ਇੱਥੇ ਮਹਾਰਾਜ ਹਾਲੇ ਗੱਲ ਕਰ ਰਹੇ ਨੇ ਵੀ ਦੋ ਪੰਛੀ ਨੇ, ਉਹਨਾਂ ਨੂੰ ਖੰਭ ਕੋਈ ਨਹੀਂ ਲੱਗੇ ਹੋਏ, ਇਹ ਵੀ ਨਹੀਂ ਪਤਾ ਕਿੱਥੋਂ ਆ ਰਹੇ ਨੇ, ਕਿੱਥੇ ਜਾ ਰਹੇ ਨੇ। ਆਵਤ ਜਾਤ ਨਾ ਦੇਸਾਈ, ਪਰ ਪੰਖੀ ਨਾ ਹੈ, ਉਹਨਾਂ ਨੂੰ ਖੰਭ ਵੀ ਕੋਈ ਨਹੀਂ। ਮਹਾਰਾਜ ਕਿਰਪਾ ਕਰਦੇ ਨੇ, ਨਾ ਉਹ ਆਉਂਦੇ ਦਿਸਦੇ ਨੇ, ਨਾ ਉਹ ਜਾਂਦੇ ਦਿਸਦੇ ਨੇ, ਕਿੱਥੋਂ ਆ ਰਹੇ ਨੇ, ਕਿੱਥੇ ਜਾ ਰਹੇ ਨੇ, ਖੰਭ ਵੀ ਉਹਨਾਂ ਨੂੰ ਕੋਈ ਨਹੀਂ ਲੱਗੇ ਹੋਏ। ਬਹੁ ਰੰਗੀ ਰਸ ਭੋਗਿਆ, ਸ਼ਬਦ ਰਹਿ ਨਿਰਬਾਣ। ਇੱਥੇ ਹੁਣ ਗੱਲ ਖੋਲ ਦਿੱਤੀ, ਜਿਹੜੇ ਤਾਂ ਦੁਨੀਆਂ ਦੇ ਅੰਦਰ ਕੌਤਕਾਂ ਵਿੱਚ, ਦੁਨਿਆਵੀ ਕੌਤਕਾਂ ਵਿੱਚ ਲੁਭਾਈਮਾਨ ਹੋ ਜਾਂਦੇ ਨੇ, ਜ਼ਿੰਦਗੀ ਦੇ ਅੰਦਰ ਰਸ ਕਸ ਭੋਗਦੇ ਨੇ, ਕੁਝ ਹਨ ਜਿਹੜੇ ਨਿਰਬਾਨ ਨੇ, ਵਾਸ਼ਨਾ ਰਹਿਤ ਨੇ, ਕੇਵਲ ਤੇ ਕੇਵਲ ਇੱਕ ਸ਼ਬਦ ਨਾਲ ਆਪਣਾ ਸੰਬੰਧ ਜੋੜਦੇ ਹਨ। ਦੋ ਤਰ੍ਹਾਂ ਦੇ ਨਾ, ਜਿਵੇਂ ਆਪਾਂ ਬਹੁਤ ਵਾਰੀ ਇਹ ਬਚਨ ਪੜ੍ਹਦੇ ਹਨ, ਐਸੋ ਇਹ ਸੰਸਾਰ ਭੇਖ ਨਾ ਰਹਿ ਨਾ ਕੋ ਪਈਆ ਰੇ, ਸੂਧੇ ਸੂਧੇ ਰੇਗ ਚਲੋ ਤੁਮ ਨਤਰਕ ਦਖ ਦਵਈਆ ਰੇ, ਬਾਰੇ ਬੂਢੇ ਤਰਨੇ ਭਈਆ ਸਭ ਹੂੰ ਜਮ ਲੈ ਜਈਆ ਰੇ, ਮਾਨਸ ਬਪਰਾ ਮੂਸਾ ਕਿਨੋ ਮੀਚ ਬਲਈਆ ਖਈਆ ਰੇ, ਤਨਵੰਤਾ ਅਰ ਨਿਰਧਨ ਮਨਈ ਤਾਂ ਕਿ ਕਸ਼ੂ ਨਾ ਕਾਨੀ ਰੇ, ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਬਿਡਾਨੀ ਰੇ। ਅੱਗੇ ਹਰ ਕੇ ਸੇਵਕ ਜੋ ਹਰ ਪਾਏ, ਤਿੰਨ ਕੀ ਕਥਾ ਨਿਰਾਰੀ ਰੇ, ਆਵੇ ਨ ਜਾਹੇ ਨ ਕਬ ਹੂੰ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਇਸ ਗੱਲ ਨੂੰ ਇਉਂ ਸਮਝ ਲਈਏ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਭਾਰੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ, ਇਹ ਪੇ ਆਖ ਨਾ ਜਾਪਈ ਜੇ ਕਿਨੇ ਕਿਸੇ ਆਨੇ ਰਾਸ, ਨਾਨਕ ਗੁਰਮੁਖ ਜਾਰੀ ਹੈ ਜਾ ਕੋ ਆਪ ਕਰੇ ਪ੍ਰਗਾਸ। ਬਹੁਤ ਨੇ ਜਿਹੜੇ ਰਸਾਂ ਕਸਾਂ ਦੇ ਵਿੱਚ ਹੀ ਆਪਣਾ ਜੀਵਨ ਗੁਜ਼ਾਰ ਜਾਂਦੇ ਨੇ, ਬਹੁਤ ਘੱਟ ਨੇ ਜਿਹੜੇ ਵਾਸ਼ਨਾ ਰਹਿਤ ਹੋ ਗਏ, ਤੇ ਜਿਨ੍ਹਾਂ ਨੇ ਆਪਣੇ ਜੀਵਨ ਦਾ ਆਧਾਰ ਕੇਵਲ ਤੇ ਕੇਵਲ ਗੁਰੂ ਦੇ ਸ਼ਬਦ ਨੂੰ ਬਣਾਇਆ। ਹਰ ਰਸ ਫਲ ਰਾਤੇ ਨਾਨਕ, ਕਰਮ ਸੱਚਾ ਨੀਸਾਨ। ਫਿਰ ਮਹਾਰਾਜ ਕਿਰਪਾ ਕਰਦੇ ਨੇ, ਉਹ ਹਰੀ ਦੇ ਨਾਮ ਰੂਪੀ ਰਸ ਦੇ ਨਾਲ ਫਲ ਨਾਲ ਜੁੜੇ ਰਹਿੰਦੇ ਨੇ, ਰੰਗੇ ਰਹਿੰਦੇ ਨੇ। ਕੌਣ? ਜਿਨ੍ਹਾਂ ਦੇ ਮਸਤਕ ਤੇ ਟਿੱਕਾ ਲੱਗ ਜਾਂਦਾ ਵਾਹਿਗੁਰੂ ਪਰਮਾਤਮਾ ਦੇ ਨਾਮ ਜਪਣ ਦਾ, ਜਿਨ੍ਹਾਂ ਦੇ ਮਸਤਕ ਤੇ ਇਹ ਦਾਗ ਲੱਗ ਜਾਂਦਾ ਹੈ ਵਾਹਿਗੁਰੂ ਪਰਮਾਤਮਾ ਦੇ ਨਾਮ ਜਪਣ ਦਾ, ਉਹ ਸੰਸਾਰ ਵਿੱਚ ਕੇਵਲ ਤੇ ਕੇਵਲ ਹਰੀ ਦੇ ਨਾਮ ਰੂਪੀ ਰਸ ਦਾ ਜਿਹੜਾ ਨਾ ਫਲ ਆਪਣੇ ਜੀਵਨ ਦੇ ਅੰਦਰ ਚੱਖਦੇ ਹਨ। ਪੌੜੀ ਆਪੇ ਧਰਤੀ ਆਪੇ ਹੈ ਰਾਹਕ,
ਆਪ ਜਮਾਏ ਪੀਸਾਵੈ। ਹੁਣ ਮਹਾਰਾਜ ਨੇ ਪੌੜੀ ਵਿੱਚ ਨਿਰਣਾ ਦੇ ਦਿੱਤਾ, ਕਿਉਂਕਿ ਵਾਸਤਵ ਵਿੱਚ ਪੌੜੀ ਦੀ ਵਿਆਖਿਆ ਹੀ ਸ਼ਲੋਕ ਨੇ, ਪੌੜੀ ਦੀ ਵਿਆਖਿਆ ਹੀ ਸ਼ਲੋਕ ਨੇ, ਕਿਉਂਕਿ ਵਾਰ ਪਹਿਲਾਂ ਪੌੜੀਆਂ ਸੀ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਵੇਲੇ ਪੌੜੀਆਂ ਦੇ ਨਾਲ ਸ਼ਲੋਕ ਦਰਜ ਕਰ ਦਿੱਤੇ। ਤੁਸੀਂ ਵੇਖੋਗੇ ਬਹੁਤ ਸਾਰੀਆਂ ਵਾਰਾਂ ਨੇ ਜਿਨ੍ਹਾਂ ਵਿੱਚ ਪੌੜੀਆਂ ਹੀ ਨੇ, ਜਿਵੇਂ ਭਾਈ ਸੱਤੇ ਬਲਵੰਡ ਦੀ ਵਾਰ ਰਾਮਕਲੀ ਰਾਗ ਦੇ ਅੰਦਰ ਬਸੰਤ ਕੀ ਵਾਰ ਹੈ, ਪੌੜੀਆਂ ਨੇ। ਹੁਣ ਕਿਸੇ ਪੌੜੀ ਨਾਲ ਸ਼ਲੋਕ ਦੋ ਨੇ, ਕਿਸੇ ਨਾਲ ਇੱਕ ਹੈ, ਕਿਸੇ ਨਾਲ ਚਾਰ ਨੇ, ਕਿਸੇ ਨਾਲ ਹੋਰ ਵੀ ਜ਼ਿਆਦਾ ਨੇ। ਸ਼ਲੋਕਾਂ ਦੀ ਗਿਣਤੀ ਨਹੀਂ, ਪੌੜੀਆਂ ਦੀ ਗਿਣਤੀ। ਤੇ ਹੁਣ ਪੌੜੀ ਦੀ ਵਿਆਖਿਆ ਹੀ ਸ਼ਲੋਕ ਨੇ, ਤੇ ਮਹਾਰਾਜ ਇਹ ਗੱਲ ਸਮਝਾ ਰਹੇ ਨੇ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ। ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਤਾਰ, ਰੰਗ ਰਤਾ ਮੇਰਾ ਸਾਹਿਬ ਰੱਬ ਰਹਿਆ ਭਰਪੂਰ। ਹੁਣ ਇੱਥੇ ਪੌੜੀ ਵਿੱਚ ਕਿਰਪਾ ਕਰਦੇ ਨੇ, ਆਪ ਹੀ ਵਾਹਿਗੁਰੂ ਧਰਤੀ ਏ, ਰਾਹਕ ਧਰਤੀ ਨੂੰ ਵਾਹੁਣ ਵਾਲਾ ਜ਼ਿਮੀਦਾਰ ਕਿਸਾਨ, ਆਪ ਹੀ ਪੈਦਾ ਕਰਨ ਵਾਲਾ ਜਮਾਵੈ, ਤੇ ਆਪ ਹੀ ਜੋ ਕੁਝ ਜੰਮਦਾ ਹੈ, ਦਾਣੇ ਬਣਦੇ ਹਨ, ਉਹਨਾਂ ਨੂੰ ਪਿਸਾਣ ਵਾਲਾ ਵੀ ਆਪ ਹੈ। ਵਾਹਿਗੁਰੂ ਆਪ ਧਰਤੀ, ਆਪ ਜ਼ਿਮੀਦਾਰ, ਆਪ ਹੀ ਬੀਜਣ ਵਾਲਾ, ਤੇ ਆਪ ਹੀ ਦਾਣੇ ਜਿਹੜੇ ਨੇ ਨਾ ਉਹਨਾਂ ਨੂੰ ਪਿਸਾਉਣ ਵਾਲਾ ਹੈ। ਆਪ ਪਕਾਵੈ, ਆਪ ਭਾਂਡੇ ਦੇ ਪਰੋਸੈ, ਆਪੇ ਹੀ ਬਹਿ ਖਾਵੈ। ਆਪ ਹੀ ਪਕਾਉਣ ਵਾਲਾ ਹੈ, ਤੇ ਆਪ ਹੀ ਮਹਾਰਾਜ ਕਿਰਪਾ ਕਰਦੇ ਨੇ ਭਾਂਡਿਆਂ ਦੇ ਵਿੱਚ ਪਰੋਸਣ ਵਾਲਾ, ਪਕਾਉਣ ਵਾਲਾ ਵੀ ਆਪ ਹੈ, ਰਸੋਈਆ ਵੀ ਆਪ ਹੈ, ਤੇ ਜੋ ਕੁਝ ਬਣਾਉਂਦਾ ਹੈ ਪਕਾਉਂਦਾ ਹੈ ਉਹਨੂੰ ਭਾਂਡਿਆਂ ਵਿੱਚ ਪਰੋਸਣ ਵਾਲਾ ਵੀ ਆਪ ਹੈ। ਕੇਵਲ ਪਰੋਸਣ ਵਾਲਾ ਆਪ ਨਹੀਂ, ਬਹਿ ਕੇ ਖਾਣ ਵਾਲਾ ਵੀ ਆਪ ਹੈ। ਇਹ ਪ੍ਰੈਕਟੀਕਲੀ ਗੱਲ ਹੈ ਬਾਣੀ ਦੇ ਮੁਤਾਬਕ, ਤਾਂ ਹੀ ਤਾਂ ਆਪਾਂ ਪੜ੍ਹਦੇ ਹਨ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਬਰੇ ਕੋ ਮੰਦੇ। ਇਹ ਗੱਲ ਸਮਝ ਵਿੱਚ ਆ ਜਾਵੇ ਤੇ ਫਿਰ ਅੰਦਰੋਂ ਆਵਾਜ਼ ਨਿਕਲਦੀ ਹੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਰੇ ਸਰਬੱਤ ਦਾ ਪਲਾ। ਭਾਈ ਮਰਦਾਨਾ ਜੀ, ਭਾਈ ਸੰਤੋਖ ਸਿੰਘ ਜੀ ਦੇ ਲਿਖਣ ਮੁਤਾਬਕ, ਜਦੋਂ ਮਹਾਰਾਜ ਮੱਕੇ ਮਦੀਨੇ ਵਾਲੇ ਪਾਸੇ ਨੇ ਨਾ, ਉਸ ਵੇਲੇ ਇੱਕ ਬੇਨਤੀ ਕਰਦੇ ਨੇ, ਬਾਬਾ ਤੂੰ ਤਾਂ ਪੌਣ ਆਹਾਰੀ ਹੈ, ਹਵਾ ਨਾਲ ਹੀ ਜਿਉਂਦਾ, ਜਾਂ ਤਾਂ ਮੇਰੇ ਉੱਤੇ ਵੀ ਕਿਰਪਾ ਆਪਣੇ ਵਾਰੀ ਕਰ ਦੇ, ਆਪਣੇ ਵਾਰੀ ਵੀ ਮੈਨੂੰ ਵੀ ਭੁੱਖ ਨਾ ਲੱਗੇ, ਮੈਂ ਵੀ ਨਾ ਖਾਵਾਂ ਨਾ ਮੰਗਾਂ, ਕਿਉਂਕਿ ਤੂੰ ਖਾਂਦਾ ਨਹੀਂ, ਮੈਨੂੰ ਖਾਣ ਦੀ ਲੋੜ ਪੈਂਦੀ ਹੈ। ਤੇ ਸਤਿਗੁਰਾਂ ਨੇ ਭਾਈ ਸਾਹਿਬ ਜੀ ਦੇ ਕਥਨ ਮੁਤਾਬਕ ਗੱਲ ਕਹੀ, ਕਹਿਣ ਲੱਗੇ ਭਾਈ ਮਰਦਾਨਾ ਜੀ, ਤੁਹਾਨੂੰ ਕੌਣ ਕਹਿੰਦਾ ਮੈਂ ਨਹੀਂ ਖਾਂਦਾ। ਤੇ ਭਾਈ ਮਰਦਾਨਾ ਜੀ ਨੇ ਹੱਥ ਜੋੜੇ, ਕਹਿਣ ਲੱਗੇ ਸਤਿਗੁਰੂ ਮੇਰੇ ਨਾਲੋਂ ਨੇੜੇ ਤੁਹਾਡੇ ਕੋਲ ਕੋਈ ਹੋਰ ਹੈ, ਅੱਠੇ ਪੈਰ ਮੈਂ ਤੁਹਾਡੇ ਨਾਲ ਰਹਿਣਾ, ਤੇ ਜੇ ਤੁਸੀਂ ਖਾਵੋ ਤੇ ਮੈਨੂੰ ਪਤਾ ਨਾ ਲੱਗੇ, ਜੇ ਤੁਸੀਂ ਖਾਵੋ ਤੇ ਮੈਨੂੰ ਪਤਾ ਨਾ ਲੱਗੇ। ਕਹਿੰਦੇ ਨੇ ਸਤਿਗੁਰਾਂ ਨੇ ਭਾਈ ਮਰਦਾਨਾ ਜੀ ਦੇ ਸਾਹਮਣੇ ਆਪਣਾ ਮੂੰਹ ਖੋਲਿਆ ਤੇ ਮੂੰਹ ਦੇ ਅੰਦਰ ਭੋਜਨ ਪਦਾਰਥ ਭਾਈ ਮਰਦਾਨਾ ਜੀ ਨੂੰ ਨਜ਼ਰ ਆਏ। ਕਹਿਣ ਲੱਗੇ ਬਾਬਾ ਜੀ ਇਹ ਕੀ? ਸਤਿਗੁਰੂ ਮਹਾਰਾਜ ਨੇ ਇੱਕ ਗੱਲ ਸਮਝਾਈ ਕਿ ਜਦੋਂ ਗੁਰਮੁਖ ਪਿਆਰੇ ਗੁਰਸਿੱਖ
ਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਵਾਲੀ ਗੱਲ ਆਪਣੇ ਜੀਵਨ ਦੇ ਅੰਦਰ ਕਰਦੇ ਨੇ ਤੇ ਜਦੋਂ ਲੋੜਵੰਦਾਂ ਨੂੰ ਖਵਾਉਂਦੇ ਨੇ ਗੁਰਸਿੱਖ ਗੁਰਸਿੱਖ ਦੀ ਸੇਵਾ ਕਰਦਾ ਕਹਿਣ ਲੱਗੇ ਮੇਰੇ ਕੋਲ ਪਹੁੰਚਦਾ ਹੈ ਮੈਨੂੰ ਮਿਲਦਾ ਹੈ। ਇਹ ਗੱਲ ਭਾਈ ਮਰਦਾਨਾ ਜੀ ਨੂੰ ਸਮਝਾਈ। ਮੇਰੀ ਬੇਨਤੀ ਆਇਆ ਸੀ ਨੂਰੀ ਜੁਲਾਹਾ ਬਹੁਤ ਸੁੰਦਰ ਗਲੀਚਾ ਲੈ ਕੇ ਭੇਟਾ ਕਰ ਦਿੱਤਾ ਤੇ ਮਹਾਰਾਜ ਕਹਿਣ ਲੱਗੇ ਨੂਰੀ ਅਸੀਂ ਕੀ ਕਰਨਾ ਆ ਧਰਤੀ ਦੇ ਉੱਤੇ ਸੋਹਣਾ ਸੋਹਣਾ ਘਾਹ ਹੀ ਸਾਡਾ ਗਲੀਚਾ ਹੈ ਤੇ ਕਹਿਣ ਲੱਗਾ ਮਹਾਰਾਜ ਮੇਰੀ ਸੇਵਾ ਥਾਂ ਕਿਵੇਂ ਪਵੇਗੀ ਜਿਹੜੀ ਭਾਵਨਾ ਨਾਲ ਮੈਂ ਆਇਆ ਮੇਰੀ ਸੇਵਾ ਥਾਂ ਕਿਵੇਂ ਪਵੇਗੀ ਤੇ ਸਤਿਗੁਰੂ ਮਹਾਰਾਜ ਨੇ ਇੱਕ ਗੱਲ ਕਹੀ ਕਹਿਣ ਲੱਗੇ ਆ ਕੁੱਤੀ ਦੇ ਪਿੱਲੇ ਪਿੱਲੇ ਕਹਿੰਦੇ ਨੇ ਗਲੂਰਿਆਂ ਨੂੰ ਉੱਥੇ ਪਿੱਲੇ ਸ਼ਬਦ ਵਰਤਿਆ ਕੁੱਤੀ ਦੇ ਬੱਚੇ ਕਹਿ ਲਈਏ ਆਪਾਂ ਕਹਿਣ ਲੱਗੇ ਰਾਤ ਜਿੱਥੇ ਮੈਂ ਟਿਕਾਣਾ ਕੀਤਾ ਸੀ ਠੰਡ ਦੇ ਕਾਰਨ ਵਲੋਂ ਵਲੋਂ ਕਰਦੇ ਰਹੇ ਨੇ ਭਾਵ ਇਹਨਾਂ ਨੂੰ ਠੰਡ ਲੱਗਦੀ ਰਹੀ ਤੇ ਨੂਰੀ ਅੱਧਾ ਇਹਨਾਂ ਦੇ ਥੱਲੇ ਵਿਛਾ ਅੱਧਾ ਇਹਨਾਂ ਦੇ ਉੱਤੇ ਦੇ ਤੇ ਤੇਰੀ ਸੇਵਾ ਥਾਂ ਪੈ ਜਾਵੇਗੀ। ਵੇਖੋ ਬਾਬੇ ਨੂੰ ਉਹਨਾਂ ਦੇ ਵਿੱਚ ਵੀ ਰੱਬ ਨਜ਼ਰ ਆ ਰਿਹਾ ਹੈ। ਮੇਰੀ ਬੇਨਤੀ ਇਹ ਗੱਲ ਕੇਵਲ ਇੰਨੀ ਨਹੀਂ ਕਿ ਆਪ ਹੀ ਪਕਾਉਣ ਵਾਲਾ ਹੈ ਆਪ ਹੀ ਭਾਂਡਿਆਂ ਵਿੱਚ ਪਰੋਸਣ ਵਾਲਾ ਤੇ ਆਪ ਹੀ ਖਾਣ ਵਾਲਾ। ਇਹ ਜੋ ਕੁਝ ਹੋ ਰਿਹਾ ਸੰਸਾਰ ਦੇ ਅੰਦਰ ਵਾਹਿਗੁਰੂ ਪਰਮਾਤਮਾ ਆਪ ਹੀ ਕਰ ਰਿਹਾ ਹੈ। ਆਪੇ ਜਲ ਆਪੇ ਦੇ ਸ਼ਿੰਗਾ ਆਪੇ ਚੁਲੀ ਭਰਾਵੈ ਆਪ ਹੀ ਜਲ ਦੇਣ ਵਾਲਾ ਆਪ ਹੀ ਸ਼ਿੰਗਾ ਹੈ ਤੇ ਆਪ ਹੀ ਚੁਲੀ ਕਰਾਉਣ ਵਾਲਾ ਹੈ। ਹੁਣ ਛੋਟੇ ਬੱਚਿਆਂ ਨੂੰ ਨਹੀਂ ਪਤਾ ਲੱਗੇਗਾ ਸ਼ਿੰਗਾ ਕੀ ਹੁੰਦਾ ਹੈ। ਆ ਕਈ ਪੁਰਾਤਨ ਬਜ਼ੁਰਗ ਤਾਂ ਮਾਵਾਂ ਜਾਂ ਬਜ਼ੁਰਗ ਆਪਣੇ ਗਲ ਦੇ ਵਿੱਚ ਸ਼ਿੰਗ ਪਾ ਲੈਂਦੇ ਸੀ। ਅੱਜ ਤਾਂ ਘਰਾਂ ਦੇ ਵਿੱਚ ਉਹ ਵਾਂਸ ਜਿਹੇ ਦੇ ਤੀਲੇ ਬਣਾ ਕੇ ਦੰਦਾਂ ਦੇ ਵਿੱਚੋਂ ਫਸੀ ਹੋਈ ਚੀਜ਼ ਕੱਢਣ ਵਾਸਤੇ ਰੱਖੀ ਹੋਈ ਨਾ। ਮੇਰੀ ਬੇਨਤੀ ਆਪਣੇ ਟੇਬਲ ਤੇ ਹੁੰਦੀ ਡਾਇਨਿੰਗ ਟੇਬਲ ਤੇ ਹੋਵੇਗੀ ਜਾਂ ਆਪਾਂ ਰੱਖੀ ਹੁੰਦੀ ਜਿੱਥੇ ਬਹਿ ਖਾਣਾ ਖਾਂਦੇ ਹਾਂ ਵੀ ਜਿਹਦੇ ਦੰਦਾਂ ਵਿੱਚ ਫਸ ਜਾਵੇ ਉਸ ਦੰਦਾਂ ਵਿੱਚੋਂ ਕੱਢਣ ਵਾਸਤੇ ਤੀਲੇ ਹੁੰਦੇ ਨੇ। ਪਰ ਪਹਿਲਾਂ ਜਿਹੜੀ ਚੀਜ਼ ਵਰਤੀ ਜਾਂਦੀ ਸੀ ਉਹਨੂੰ ਕਹਿੰਦੇ ਸੀ ਸ਼ਿੰਗ। ਫਿਰ ਧਿਆਨ ਦੇਵਿਓ ਇੱਥੇ ਮਹਾਰਾਜ ਕਿਰਪਾ ਕਰਦੇ ਨੇ ਆਪ ਹੀ ਜਲ ਹੈ ਆਪ ਹੀ ਸ਼ਿੰਗਾ ਹੈ ਤੇ ਆਪ ਹੀ ਚੁਲੀ ਕਰਾਉਣ ਵਾਲਾ ਹੈ। ਆਪੇ ਸੰਗਤ ਸਾਧ ਬਹਾਲੈ ਆਪੇ ਵਿਦਾ ਕਰਾਵੈ ਸੰਗਤ ਨੂੰ ਆਪ ਹੀ ਸੱਦ ਕੇ ਬਹਾ ਦਿੰਦਾ ਤੇ ਆਪ ਹੀ ਵਿਦਾ ਕਰਨ ਵਾਲਾ। ਮੈਂ ਬੇਨਤੀ ਕਰਾਂ ਆਪਾਂ ਨੂੰ ਸੱਦਣ ਤਾਂ ਕੋਈ ਨਹੀਂ ਨਾ ਗਿਆ ਤੇ ਨਾ ਹੀ ਕਿਸੇ ਨੇ ਕਹਿਣਾ ਤੁਸੀਂ ਜਾਓ। ਆਏ ਵੀ ਵਾਹਿਗੁਰੂ ਦੇ ਹੁਕਮ ਵਿੱਚ ਤੇ ਜਾਣਾ ਵੀ ਵਾਹਿਗੁਰੂ ਦੇ ਹੁਕਮ ਵਿੱਚ ਹੈ। ਤੇ ਮੈਂ ਕਈ ਵਾਰੀ ਕਿਹਾ ਕਰਦਾ ਬੇਨਤੀ ਕਰਦਾ ਵੀ ਅਸੀਂ ਜੇ ਕਹੀਏ ਨਾ ਵੀ ਅਸੀਂ ਆਪਣੇ ਜ਼ੋਰ ਨਾਲ ਆਪਣੀ ਅਕਲ ਨਾਲ ਸੰਗਤ ਵਿੱਚ ਆਏ ਹਾਂ ਬਿਲਕੁਲ ਨਹੀਂ। ਮਹਾਰਾਜ ਕਿਰਪਾ ਕਰਦੇ ਨੇ ਵਾਹਿਗੁਰੂ ਹੀ ਸੰਗਤ ਵਿੱਚ ਲੈ ਕੇ ਸਾਨੂੰ ਆਉਣ ਵਾਲਾ ਹੈ। ਸੰਗਤ ਦੇ ਵਿੱਚ ਆਪਾਂ ਐਵੇਂ ਨਹੀਂ ਆ ਗਏ। ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ ਨਾ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਬੇਲੀ ਆਪ ਹੀ ਸੰਗਤ ਨੂੰ ਬੁਲਾ ਕੇ ਬਿਠਾਉਂਦਾ ਹੈ ਤੇ ਆਪ ਹੀ ਵਿਦਾ ਕਰਾਉਂਦਾ ਹੈ। ਜਿਸ ਨਾਉ ਕਿਰਪਾਲ ਹੋਵੇ ਹਰ ਆਪੇ ਤਿਸ ਨਾਉ ਹੁਕਮ ਮਨਾਵੇ। ਬਸ ਆਹ ਗੱਲ ਸਮਝਣੀ ਹੈ ਸਾਰਿਆਂ ਵਿੱਚ ਸਭ ਕੁਝ ਕਰਨ ਵਾਲਾ ਉਹ ਆਪ। ਇਸ ਰਾਗ ਦੀਆਂ ਪੌੜੀਆਂ ਅੰਦਰ ਖਾਸ ਤੌਰ ਤੇ ਸਾਰੀਆਂ ਪੌੜੀਆਂ ਵਿੱਚ ਇਹ ਗੱਲ ਸਮਝਾਈ ਹੋਈ ਹੈ ਕਿ ਸਭ ਕੁਝ ਕਰਨ ਵਾਲਾ ਵਾਹਿਗੁਰੂ ਪਰਮਾਤਮਾ ਆਪ ਹੈ ਤੇ ਅਖੀਰ ਵਿੱਚ ਕਹਿ ਦਿੱਤਾ ਜਿਸ ਉੱਤੇ ਉਹ ਆਪ ਕਿਰਪਾ ਕਰਦਾ ਹੈ ਵਾਹਿਗੁਰੂ ਪਰਮਾਤਮਾ ਉਸ ਕੋਲੋਂ ਆਪਣਾ ਹੁਕਮ ਆਪ ਹੀ ਮਨਾ ਲੈਂਦਾ ਹੈ। ਫਿਰ ਧਿਆਨ ਦੇਵਿਓ ਤੇਰਾ ਭਾਣਾ ਕੌਣ ਮੰਨੇਗਾ ਜਿਸ ਉੱਤੇ ਵਾਹਿਗੁਰੂ ਪਰਮਾਤਮਾ ਤੋਂ ਦਿਆਲੂ ਹੋਵੇਗਾ। ਜਿਸ ਨੂੰ ਦਿਆਲ ਹੋਏ ਮੇਰਾ ਸੁਆਮੀ ਜਿਸ ਉੱਤੇ ਉਹ ਮਾਲਕ ਆਪ ਦਿਆਲੂ ਹੁੰਦਾ ਹੈ ਤੇਰਾ ਭਾਣਾ ਤੂੰ ਹੀ ਮਨਾਏ ਜਿਸ ਨੂੰ ਹੋਏ ਦਿਆਲਾ।
ਗੱਲ ਹੈ ਵਾਹਿਗੁਰੂ ਦੀ ਬਖਸ਼ਿਸ਼ ਲੈਣ ਦੀ, ਕਿਰਪਾ ਲੈਣ ਦੀ, ਵਾਹਿਗੁਰੂ ਦੇ ਹੁਕਮ ਨੂੰ ਮੰਨਣ ਦੀ। ਤੇ ਜਿਨ੍ਹਾਂ ਨੇ ਹੁਕਮ ਮੰਨ ਲਿਆ ਪਿਆਰਿਓ, ਉਹ ਫਿਰ ਕਦੀ ਆਪਣੇ ਜੀਵਨ ਦੇ ਅੰਦਰ ਰੋਂਦੇ ਨਹੀਂ, ਅੱਠੇ ਪੈਰ ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਭਿੱਜੇ ਰਹਿੰਦੇ ਨੇ। ਬਚਨ ਬੜੇ ਪਿਆਰੇ ਨੇ, ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਵਣਾ, ਜੈ ਜੈ ਰੱਖੇ ਆਪ ਤੈ ਜਾਏ ਖੜੋਵਣਾ। ਤੇ ਅਖੀਰ ਵਿੱਚ ਕਹਿ ਦਿੱਤਾ, ਜਿੰਨੀ ਪਛਾਤਾ ਹੁਕਮ ਤਿੰਨ ਕਦੇ ਨਾ ਰੋਵਣਾ, ਕਿਉਂਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਇਹ ਤਾਂ ਆਪਾਂ ਰੋਜ਼ ਪੜ੍ਹਦੇ ਹਾਂ, ਤੇ ਹੋਣਾ ਉਹ ਕੁਝ ਹੈ ਜੋ ਵਾਹਿਗੁਰੂ ਨੇ ਕਰਨਾ ਹੈ। ਜੋ ਅਨਰੂਪਿਓ ਠਾਕੁਰ ਮੇਰੇ ਹੋਏ ਰਹੀ ਸੋ ਬਾਤ। ਤੇ ਫਿਰ ਇਸ ਗੱਲ ਨੂੰ ਸਮਝ ਕੇ ਵਾਹਿਗੁਰੂ ਦੀ ਰਜ਼ਾ ਵਿੱਚ ਰਾਜ਼ੀ ਰਹਿੰਦੇ ਹਾਂ। ਇਹ ਬਚਨ ਦੁਹਾਰਿਆ ਕਰੀਏ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸਲੋਕਾਂ ਦਾ ਤੇ ਪੌੜੀ ਦਾ ਭਾਵ ਅਰਥ ਇਹ ਆ, ਵਿਖਾਵੇ ਤੋਂ ਭੇਖ ਤੋਂ ਬਚੀਏ, ਆਪ ਵੀ ਆਪਣੇ ਜੀਵਨ ਦੇ ਅੰਦਰ ਸੁਚੇਤ ਹੋ ਕੇ ਅਕਲੀ ਸਾਹਿਬ ਸੇਵੀਏ, ਅਕਲੀ ਪਾਈਏ ਮਾਣ ਵਾਲੀ ਗੱਲ, ਅਕਲੀ ਪੜ੍ਹ ਕੇ ਬੁੱਝੀਏ, ਅਕਲੀ ਕੀਜਾ ਦਾਨ ਵਾਲੀ ਗੱਲ, ਇਹਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ। ਤੇ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਪਾਤਰ ਬਣ ਕੇ ਇਹ ਬਚਨ ਆਪਣੇ ਜੀਵਨ ਅੰਦਰ ਕਮਾ ਲਈਏ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾ ਖਾਵੈ। ਮੇਰੀ ਬੇਨਤੀ, ਨਿਤਨੇਮ ਕਰ ਦਿਓ ਤੇ ਬਹੁਤ ਚੰਗੀ ਗੱਲ, ਨਹੀਂ ਕਰਦੇ ਤੇ ਕਰਿਆ ਕਰੋ। ਜੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਤੇ ਮੁਬਾਰਕ, ਨਹੀਂ ਛਕਿਆ ਤੇ ਭਾਈ ਉਡੀਕ ਨਾ ਕਰੋ। ਕਿਉਂਕਿ ਗੁਰੂ ਕਾ ਸਿੱਖ ਜਿਹੜਾ ਆਪਣੇ ਆਪ ਨੂੰ ਸਦਵਾਉਂਦਾ ਹੈ, ਉਸਦਾ ਕਲਿਆਣ ਤਾਂ ਹੀ ਹੋਣਾ ਜੇ ਗੁਰੂ ਦੀ ਕਿਰਪਾ ਦਾ ਪਾਤਰ ਬਣੇਗਾ। ਮੇਰੀ ਬੇਨਤੀ, ਗੁਰੂ ਸ਼ਬਦ ਨਾਲ ਜੁੜੋ, ਬਾਣੀ ਬਾਣੇ ਦੇ ਨਾਲ ਜੁੜੋ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਰੀ ਅਵਸਥਾ ਬਣ ਜਾਵੇਗੀ। ਇੰਨੇ ਕੁ ਵਚਨ ਪਾਵਨ ਸ਼ਬਦ ਦੇ ਆਧਾਰ ਤੇ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਫਤਿਹ ਬੁਲਾਂਦਾ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਆਪਾਂ ਸਰਵਨ ਕਰੀਏ ਜੀ। ਆਪੇ ਸੰਗਤ ਸਾਧ ਬਹਾਲੈ, ਆਪੇ ਵਿਦਾ ਕਰਾਲੈ, ਜਿਸ ਨੂੰ ਕਿਰਪਾਲ ਹੋਵੇ ਹਰਿ ਆਪੇ, ਤਿਸ ਨੂੰ ਹੁਕਮ ਮਨਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਸਭ ਥਾਂ, ਜਿੱਥੇ ਸਭ ਥਾਂ ਨਹੀਂ ਤੁਧ ਜੇ